ਗਿਆ ਸਾਧ ਵਾਲੀ ਬਸਤੀ ਦੇ ਵਿੱਚ, ਉੱਥੇ ਟੀਕਾ ਲੱਗਿਆ ਹੋਇਆ ਸੀ, ਉੱਥੇ ਚੱਕ ਕੇ ਲੈ ਕੇ ਗਏ। ਸਾਧ ਵਾਲੀ ਬਸਤੀ ਦੇ ਵਿੱਚ ਜਿੰਨੇ ਵੀ ਹੈ ਨਾ, ਉੱਥੇ ਉਹਨਾਂ ਨੂੰ ਪਕੜ ਹੋਣੀ ਚਾਹੀਦੀ ਆ, ਜਿਵੇਂ ਮੇਰੇ ਬੱਚੇ ਅਨਾਥ ਹੋਏ ਕਿਸੇ ਹੋਰ ਦੇ ਤਾਂ ਨਾ ਹੋਣ। ਕਿਸ ਚੀਜ਼ ਦਾ ਟੀਕਾ ਲਗਾਇਆ? ਕਹਿੰਦੇ ਚਿੱਟੇ ਦਾ ਟੀਕਾ ਲੱਗੇ ਹੋਏ ਸੀ। ਬਾਕੀ ਵੇਚਦੇ ਵੀ ਆ ਉੱਥੇ, ਅੱਗੇ ਲੈ ਕੇ ਵੀ ਆਏ ਸੀ ਇੱਕ ਵਾਰੀ, ਉਹ ਉਹਨਾਂ ਦਾ ਘਰ ਦਾ ਵੀ ਮੈਨੂੰ ਪਤਾ ਗਾ। ਨਸ਼ਾ ਕੀ ਕਰਦਾ? ਉਹ ਤਾਂ ਪ੍ਰੇਗੇ ਖਾਂਦਾ ਸੀ। ਚਿੱਟਾ ਲਾਉਂਦਾ ਸੀਗਾ? ਨਹੀਂ, ਥੋੜੇ ਦਿਨ ਹੀ ਹੋਏ ਆ ਹਲੇ, ਹੁਣ ਤਾਂ ਸੈਂਟਰ ਚ ਲੈ ਕੇ ਸੀ, ਕੱਲ 10 ਦਿਨ ਹੋਏ ਆ। ਤੁਹਾਨੂੰ ਉਹ ਤਾਂ ਪਤਾ ਲੱਗਾ ਸ਼ਾਮ ਨੂੰ ਲੱਭ ਲੁੱਭ ਕੇ, ਜਦੋਂ ਥੱਕ ਗਏ ਕਿਸੇ ਨੇ ਕਿਹਾ ਕਿ ਉੱਥੋਂ ਲਾਸ਼ ਲੈ ਕੇ ਆਏ ਗਏ। ਫਿਰ ਮੇਰੀ ਵੱਡੀ ਮਾਸੀ ਸੱਸ ਕਹਿੰਦੀ ਆਪਾਂ ਦੇਖ ਕੇ ਆਈਏ, ਜਦੋਂ ਉੱਥੇ ਆ ਕੇ ਦੇਖਿਆ ਤਾਂ ਇਹਨਾਂ ਦਾ ਡੈਡੀ ਸੀਗਾ। ਕਿੰਨੀ ਉਮਰ ਕਿੰਨੀ? ਉਮਰ ਦਾ ਤਾਂ ਨਹੀਂ ਮੈਨੂੰ ਪਤਾ। ਬੱਚੇ ਕਿੰਨੇ? 4। ਕਿੰਨੀ ਦੇਰ ਤੋਂ ਨਸ਼ਾ ਕਰਦੇ? ਥੋੜ੍ਹਾ ਟਾਈਮ ਹੀ ਨਸ਼ਾ ਕਰਦੇ। ਉਹ ਅਨਲੋਨ ਮਿਲੀ ਸੀ, ਉਹ ਅੱਜ ਜਿਹੜੇ ਮਤਲਬ ਉਹਨਾਂ ਦੇ ਦੀਵਾਨੀ ਵਰਸ ਆ ਗਏ ਜੀ, ਉਹਨਾਂ ਦੀ ਪਤਨੀ ਜੀ ਨੇ ਦੱਸਿਆ ਵੀ ਮੇਰਾ ਘਰਵਾਲਾ ਕੀਮਤੀ ਲਾਲ ਹੈ, ਪੁੱਤਰ ਬੋਗੀ ਸਿੰਘ ਵਾਸੀ ਟੈਲੀਫੋਨ ਸਿੰਘ ਗਲੀ ਮੋਗੇ ਦਾ ਰਹਿਣ ਵਾਲਾ। ਅਤੇ ਕਿਵੇਂ ਮੌਤ ਕਿਵੇਂ ਹੋਈ ਕੀ ਪਤਾ ਲੱਗਿਆ? ਡਾਕਟਰ ਸਾਹਿਬ ਦੱਸਣਗੇ। 194 ਦੀ ਕਾਰਵਾਈ, 194 BNSS ਦੀ ਕਾਰਵਾਈ ਅਮਲ 'ਚ ਲਿਆਂਦੀ ਗਈ। ਕਹਿੰਦੇ ਸਾਧ ਵਾਲੀ ਬਸਤੀ ਦੇ ਵਿੱਚ ਉੱਥੇ ਟੀਕਾ ਲੱਗਿਆ ਹੋਇਆ ਸੀ, ਉੱਥੇ ਚੱਕ ਕੇ ਲੈ ਕੇ। ਸਾਧ ਵਾਲੀ ਬਸਤੀ ਦੇ ਵਿੱਚ ਜਿੰਨੇ ਵੀ ਹੈ ਨਾ, ਉੱਥੇ ਉਹਨਾਂ ਨੂੰ ਪਕੜ ਹੋਣੀ ਚਾਹੀਦੀ ਆ, ਜਿਵੇਂ ਮੇਰੇ ਬੱਚੇ ਅਨਾਥ ਹੋਏ ਕਿਸੇ ਹੋਰ ਦੇ ਤਾਂ ਨਾ ਹੋਣ। ਕਿਸ ਚੀਜ਼ ਦਾ ਟੀਕਾ ਲਗਾਇਆ? ਕਹਿੰਦੇ ਚਿੱਟੇ ਦਾ ਟੀਕਾ ਲੱਗੇ ਹੋਏ ਸੀ। ਬਾਕੀ ਵੇਚਦੇ ਵੀ ਆ ਉੱਥੇ, ਅੱਗੇ ਲੈ ਕੇ ਵੀ ਆਏ ਸੀ ਇੱਕ ਵਾਰੀ, ਉਹਨਾਂ ਦਾ ਘਰ ਦਾ ਵੀ ਮੈਨੂੰ ਪਤਾ ਗਾ। ਨਸ਼ਾ ਕੀ ਕਰਦਾ? ਉਹ ਤਾਂ ਪ੍ਰੇਗੇ ਖਾਂਦਾ ਸੀ। ਚਿੱਟਾ ਲਾਉਂਦਾ ਸੀਗਾ? ਨਹੀਂ, ਥੋੜੇ ਦਿਨ ਹੀ ਹੋਏ ਆ ਹਲੇ, ਹੁਣ ਤਾਂ ਸੈਂਟਰ ਚ ਲੈ ਕੇ ਸੀ, ਕੱਲ 10 ਦਿਨ ਹੋਏ ਆ। ਤੁਹਾਨੂੰ ਉਹ ਤਾਂ ਪਤਾ ਲੱਗਾ ਸ਼ਾਮ ਨੂੰ ਲੱਭ ਲੁੱਭ ਕੇ, ਜਦੋਂ ਥੱਕ ਗਏ ਕਿਸੇ ਨੇ ਕਿਹਾ ਕਿ ਉੱਥੋਂ ਲਾਸ਼ ਲੈ ਕੇ ਆਏ ਗਏ। ਫਿਰ ਮੇਰੀ ਵੱਡੀ ਮਾਸੀ ਸੱਸ ਕਹਿੰਦੀ ਆਪਾਂ ਦੇਖ ਕੇ ਆਈਏ, ਜਦੋਂ ਉੱਥੇ ਆ ਕੇ ਦੇਖਿਆ ਤਾਂ ਇਹਨਾਂ ਦਾ ਡੈਡੀ ਸੀਗਾ। ਕਿੰਨੀ ਉਮਰ ਕਿੰਨੀ? ਉਮਰ ਦਾ ਤਾਂ ਨਹੀਂ ਮੈਨੂੰ ਪਤਾ। ਬੱਚੇ ਕਿਤਨੇ? 4। ਕਿੰਨੀ ਦੇਰ ਤੋਂ ਨਸ਼ਾ ਕਰਦੇ? ਥੋੜ੍ਹਾ ਟਾਈਮ ਹੀ ਨਸ਼ਾ ਕਰਦੇ। ਉਹ ਅਨਲੋਨ ਮਿਲੀ ਸੀ, ਉਹ ਅੱਜ ਜਿਹੜੇ ਮਤਲਬ ਉਹਨਾਂ ਦੇ ਦੀਵਾਨੀ ਵਰਸ ਆ ਗਏ ਜੀ, ਉਹਨਾਂ ਦੀ ਪਤਨੀ ਜੀ ਨੇ ਦੱਸਿਆ ਵੀ ਮੇਰਾ ਘਰਵਾਲਾ ਕੀਮਤੀ ਲਾਲ ਹੈ, ਪੁੱਤਰ ਬੋਗੀ ਸਿੰਘ ਵਾਸੀ ਟੈਲੀਫੋਨ ਸਿੰਘ ਗਲੀ ਮੋਗੇ ਦਾ ਰਹਿਣ ਵਾਲਾ। ਅਤੇ ਕਿਵੇਂ ਮੌਤ ਕਿਵੇਂ ਹੋਈ ਕੀ ਪਤਾ ਲੱਗਿਆ? ਡਾਕਟਰ ਸਾਹਿਬ ਦੱਸਣਗੇ। 194 ਦੀ ਕਾਰਵਾਈ, 194 BNSS ਦੀ ਕਾਰਵਾਈ ਅਮਲ 'ਚ ਲਿਆਂਦੀ ਗਈ। ਕਹਿੰਦੇ ਸਾਧ ਵਾਲੀ ਬਸਤੀ ਦੇ ਵਿੱਚ ਉੱਥੇ ਟੀਕਾ ਲੱਗਿਆ ਹੋਇਆ ਸੀ, ਉੱਥੇ ਚੱਕ ਕੇ ਲੈ ਕੇ ਗਏ। ਸਾਧ ਵਾਲੀ ਬਸਤੀ ਦੇ ਵਿੱਚ ਜਿੰਨੇ ਵੀ ਹੈ ਨਾ, ਉੱਥੇ ਉਹਨਾਂ ਨੂੰ ਪਕੜ ਹੋਣੀ ਚਾਹੀਦੀ ਆ, ਜਿਵੇਂ ਮੇਰੇ ਬੱਚੇ ਅਨਾਥ ਹੋਏ ਕਿਸੇ ਹੋਰ ਦੇ ਤਾਂ ਨਾ ਹੋਣ। ਕਿਸ ਚੀਜ਼ ਦਾ ਟੀਕਾ ਲਗਾਇਆ? ਕਹਿੰਦੇ ਚਿੱਟੇ ਦਾ ਟੀਕਾ ਲੱਗੇ ਹੋਏ ਸੀ। ਬਾਕੀ ਵੇਚਦੇ ਵੀ ਆ ਉੱਥੇ, ਅੱਗੇ ਲੈ ਕੇ ਵੀ ਆਏ ਸੀ ਇੱਕ ਵਾਰੀ, ਉਹਨਾਂ ਦਾ ਘਰ ਦਾ ਵੀ ਮੈਨੂੰ ਪਤਾ ਗਾ। ਨਸ਼ਾ ਕੀ ਕਰਦਾ? ਉਹ ਤਾਂ ਪ੍ਰੇਗੇ ਖਾਂਦਾ ਸੀ। ਚਿੱਟਾ ਲਾਉਂਦਾ ਸੀਗਾ? ਨਹੀਂ, ਥੋੜੇ ਦਿਨ ਹੀ ਹੋਏ ਆ ਹਲੇ, ਹੁਣ ਤਾਂ ਸੈਂਟਰ ਚ ਲੈ ਕੇ ਸੀ, ਕੱਲ 10 ਦਿਨ ਹੋਏ ਆ। ਤੁਹਾਨੂੰ ਉਹ ਤਾਂ ਪਤਾ ਲੱਗਾ ਸ਼ਾਮ ਨੂੰ ਲੱਭ ਲੁੱਭ ਕੇ, ਜਦੋਂ ਥੱਕ ਗਏ ਕਿਸੇ ਨੇ ਕਿਹਾ ਕਿ ਉੱਥੋਂ ਲਾਸ਼ ਲੈ ਕੇ ਆਏ ਗਏ। ਫਿਰ ਮੇਰੀ ਵੱਡੀ ਮਾਸੀ ਸੱਸ ਕਹਿੰਦੀ ਆਪਾਂ ਦੇਖ ਕੇ ਆਈਏ, ਜਦੋਂ ਉੱਥੇ ਆ ਕੇ ਦੇਖਿਆ ਤਾਂ ਇਹਨਾਂ ਦਾ ਡੈਡੀ ਸੀਗਾ। ਕਿੰਨੀ ਉਮਰ ਕਿੰਨੀ? ਉਮਰ ਦਾ ਤਾਂ ਨਹੀਂ ਮੈਨੂੰ ਪਤਾ। ਬੱਚੇ ਕਿਤਨੇ? 4। ਕਿੰਨੀ ਦੇਰ ਤੋਂ ਨਸ਼ਾ ਕਰਦੇ? ਥੋੜ੍ਹਾ ਟਾਈਮ ਹੀ ਨਸ਼ਾ ਕਰਦੇ। ਉਹ ਅਨਲੋਨ ਮਿਲੀ ਸੀ, ਉਹ ਅੱਜ ਜਿਹੜੇ ਮਤਲਬ ਉਹਨਾਂ ਦੇ ਦੀਵਾਨੀ ਵਰਸ ਆ ਗਏ ਜੀ, ਉਹਨਾਂ ਦੀ ਪਤਨੀ ਜੀ ਨੇ ਦੱਸਿਆ ਵੀ ਮੇਰਾ ਘਰਵਾਲਾ ਕੀਮਤੀ ਲਾਲ ਹੈ, ਪੁੱਤਰ ਬੋਗੀ ਸਿੰਘ ਵਾਸੀ ਟੈਲੀਫੋਨ ਸਿੰਘ ਗਲੀ ਮੋਗੇ ਦਾ ਰਹਿਣ ਵਾਲਾ। ਅਤੇ ਕਿਵੇਂ ਮੌਤ ਕਿਵੇਂ ਹੋਈ ਕੀ ਪਤਾ ਲੱਗਿਆ? ਡਾਕਟਰ ਸਾਹਿਬ ਦੱਸਣਗੇ। 194 ਦੀ ਕਾਰਵਾਈ, 194 BNSS ਦੀ ਕਾਰਵਾਈ ਅਮਲ 'ਚ ਲਿਆਂਦੀ ਗਈ।